ਅਤੇ ਇਹ ਜਦੋਂ ਬੱਚਾ ਸੀ ਦਰਬਾਰਾ ਸਿੰਘ ਇੱਕ ਆਲਾ ਸੀ ਉਹਦੇ 'ਚ ਭਾਈ ਕੇਹਰ ਸਿੰਘ ਨੇ ਵਾੜ ਕੇ ਬਾਹਰੋਂ ਕੁੰਡੀ ਲਾ ਦਿੱਤੀ। ਬਾਹਰ ਟੁਕੜੇ ਟੁਕੜੇ ਹੋ ਗਏ ਸਾਰੇ ਸਿੰਘਾਂ ਦੇ। ਜਦੋਂ ਬਦਮਾਸ਼ ਆ ਰਹੇ ਸਨ ਟੁਕੜੇ ਕਰ ਰਹੇ, ਉਸ ਆਲੇ ਵਿੱਚੋਂ, ਆਲਾ ਦਾ ਮਤਲਬ ਇੱਕ ਛੋਟੀ ਜਿਹੀ ਅਲਮਾਰੀ, ਉਹਦੇ 'ਚ ਆਵਾਜ਼ ਆਵੇ, ਬਾਪੂ ਮੈਂ ਸ਼ਹੀਦ ਹੋਣਾ ਤੇਰੇ ਨਾਲ, ਬਾਪੂ ਮੈਂ ਸ਼ਹੀਦ ਹੋਣਾ ਤੇਰੇ ਨਾਲ। ਪਰ ਉਹ ਕਹਿਣ ਲੱਗੇ ਕਿਹੜੀ ਬਲਾ ਹੈ ਵੀ ਜਿਹੜੀ ਆਲੇ 'ਚ ਬੋਲ ਰਹੇ। ਦੂਜਾ ਕਹਿਣ ਲੱਗਾ ਇੰਨੀਆਂ ਬਲਾਵਾਂ ਤੁਸਾਂ ਨੇ ਵੱਢ ਦਿੱਤੀਆਂ, ਖੋਲ੍ਹ ਬੂਆ ਵੇਖਾਂਗੇ ਤੇਰੇ ਕੋਲਾਂ ਕੁਛ ਨਹੀਂ ਹੁੰਦਾ। ਬੂਆ ਖੋਲ੍ਹਿਆ, ਬੱਚਾ ਕੁਰਲਾ ਰਿਹਾ ਸੀ ਮੈਂ ਬਾਪੂ ਨਾਲ ਸ਼ਹੀਦ ਹੋਣ ਆਏ। ਕਹਿਣ ਲੱਗੇ ਚੱਲ ਇਹਨੂੰ ਵੀ ਕਰੀਏ ਸ਼ਹੀਦ। ਚੁੱਕ ਕੇ ਉਹਦੀਆਂ ਲੱਤਾਂ ਤੋਂ ਪਕੜ ਕੇ ਉਹਨਾਂ ਬਾਕੀ ਸਿੰਘਾਂ ਦੇ ਉੱਪਰ, ਨਾਲ ਉਹਨਾਂ ਨੇ ਜੰਡ ਕੋਲ ਅੱਗ ਲਾਈ ਹੋਈ ਸੀ,